ਬਾਹ ਸੈਂਟਰਾਂ ਉੱਤੇ ਪੁਲਿਸ ਦੀ ਦੇ ਬਾਹ ਸੈਂਟਰਾਂ ਦੀ ਆੜ ਵਿੱਚ ਚੱਲਦਾ ਸੀ ਦੇਵ ਵਪਾਰ ਦਾ ਧੰਦਾ ਚਾਰ ਔਰਤਾਂ ਸਨੇ ਪੰਜ ਹੋਰ ਚੜੇ ਪੁਲਿਸ ਦੇ ਅੜਿੱਕੇ ਖੰਨਾ ਦੇ ਵਿੱਚ ਪੰਜ ਸਪਾ ਸੈਂਟਰ ਉੱਤੇ ਛਾਪੇਮਾਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਜਿੱਥੇ ਸਪਾ ਸੈਂਟਰ ਦੀ ਆੜ ਦੇ ਵਿੱਚ ਬਾਹਰਲੇ ਸੂਬਿਆਂ ਤੋਂ ਕੁੜੀਆਂ ਨੂੰ ਬੁਲਾ ਕੇ ਦੇਵ ਵਪਾਰ ਦਾ ਧੰਦਾ ਕੀਤਾ ਜਾਂਦਾ ਸੀ ਇਸ ਛਾਪੇਮਾਰੀ ਦੇ ਵਿੱਚ ਪੁਲਿਸ ਨੇ ਇਹਨਾਂ ਗੈਰ ਕਾਨੂੰਨੀ ਕੇਂਦਰਾਂ ਨੂੰ ਚਲਾ ਰਹੇ ਪੰਜ ਵਿਅਕਤੀਆਂ ਨੂੰ ਵੀ ਕਾਬੂ ਕਰ ਅੱਠ ਜਣੇ ਖਿਲਾਫ ਮੁਕਦਮਾ ਦਰਜ ਕੀਤਾ ਹੈ ਜਿਨ੍ਹਾਂ ਦੇ ਵਿੱਚ ਚਾਰ ਔਰਤਾਂ ਵੀ ਸ਼ਾਮਲ ਨੇ ਦੂਜੇ ਪਾਸੇ ਇੱਥੇ ਕੰਮ ਕਰਨ ਵਾਲੀਆਂ ਤੇ ਕੁੜੀਆਂ ਤੇ ਗਾਹਕ ਬਣ ਕੇ ਆਏ 14 ਨੌਜਵਾਨਾਂ ਨੂੰ ਪੁਲਿਸ ਨੇ ਸਖ਼ਤ ਚੇਤਾਵਨੀ ਦੇ ਕੇ ਛੱਡ ਦਿੱਤਾ ਹੈ ਇਸ ਮਾਮਲੇ ਦੀ ਵਧੇਰੇ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀਆਂ ਦਾ ਕੀ ਕੁਝ ਕਹਿਣਾ ਤੁਹਾਨੂੰ ਸੁਣਾ ਦਿੰਦੇ ਹਾਂ ਐਸਐਸਪੀ ਸਾਹਿਬ ਖੰਨਾ ਦੀਆਂ ਹਦਾਇਤਾਂ ਅਨੁਸਾਰ ਜੋ ਇਹ ਸਫਾ ਸੈਂਟਰ ਚੱਲ ਰਹੇ ਸਨ ਇਹਨਾਂ ਦੀ ਛਾਪਾਮਾਰੀ ਕੀਤੀ ਗਈ ਖੰਨਾ ਦੇ ਕਰੀਬ 3-4 ਸਾਲਾਂ ਤੋਂ ਇਹ ਅਨਅਧਿਕਾਰ ਕੋ ਚੱਲ ਰਹੇ ਸਨ ਗੁਪਤ ਸੂਚਨਾ ਦੇ ਆਧਾਰ 'ਤੇ ਜੋ ਇਹਨਾਂ 'ਤੇ ਛਾਪਾਮਾਰੀ ਕੀਤੀ ਗਈ ਜੋ ਇੱਕ ਟੀਮ ਸੰਗਠਨ ਕੀਤਾ ਗਿਆ ਜਿਸ ਦੇ ਵਿੱਚ DSP ਮਨਦੀਪ ਕੌਰ ਅਤੇ SP DIPS ਪ੍ਰਗਿਆ ਜੈਨ ਜੀ ਦੀ ਨਿਗਰਾਨੀ ਹੇਠ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ ਸੀ ਸੋ ਸੈਲੀਬ੍ਰੇਸ਼ਨ ਮਾਲ ਅਤੇ ਸਿਟੀ ਸੈਂਟਰ ਇਹਨਾਂ ਏਰੀਆ ਦੇ ਵਿੱਚ ਜਿਹੜੀ ਛਾਪਾਮਾਰੀ ਕੀਤੀ ਗਈ ਜਿਨ੍ਹਾਂ ਦੇ ਵਿੱਚ ਕਰੀਬ 8 ਮੁਲਜ਼ਮਾਂ 'ਤੇ ਜਿਹੜਾ ਮੁਕੱਦਮਾ ਦਰਜ ਕੀਤਾ ਗਿਆ FIR ਨੰਬਰ ਜੋ 70 ਹੈ ਉਹ ਅਧੀਨ 3-4-5 ਅਨੈਤਿਕ ਆਵਾਜਾਈ ਐਕਟ ਜੋ ਹੈ ਰੋਕਥਾਮ ਲਈ 1956 ਦਾ ਉਸ ਦੇ ਅਧੀਨ ਜਿਹੜੀ ਆ ਕਾਰਵਾਈ ਕੀਤੀ ਗਈ ਹੈ ਜ਼ਿਕਰਯੋਗ ਕਿ ਇਹਨਾਂ ਸਪਾ ਸੈਂਟਰਾਂ ਨੂੰ ਚਲਾਉਣ ਦਾ ਵੀ ਕੋਈ ਲਾਇਸੈਂਸ ਮਾਲਕਾਂ ਕੋਲ ਨਹੀਂ ਸੀ ਜਿਸ ਕਾਰਨ ਪੁਲਿਸ ਨੇ ਕਾਰਵਾਈ ਕਰਦੇ ਹੋਏ ਸਪਾ ਸੈਂਟਰ ਚਲਾਉਣ ਵਾਲਿਆਂ ਨੂੰ ਆਪਣੇ ਹੱਥੀਂ ਲੈਂਦੇ ਹੋਏ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ ਖੰਨਾ ਤੋਂ ਲਾਲ ਸਿੰਘ ਮਾਂਗੜ ਦੀ ਰਿਪੋਰਟ ਚੜ੍ਹਦੀ ਕਲਾ ਟਾਈਮ TV